ਤੇ ਜਿਹੜੀ ਪ੍ਰੀਤ ਟੁੱਟਵੀਂ ਹੈ, ਜਿਹੜੀ ਥੋੜ ਚਰੀ ਹੈ, ਥੋੜੇ ਸਮੇਂ ਵਾਸਤੇ ਬਣਦੀ ਹੈ, ਉਹ ਫਿਰ ਉਹਦੇ ਵਿੱਚ ਗਾਇਬ ਪੈ ਜਾਂਦਾ, ਉਹ ਰਸਤਾ ਨਹੀਂ ਬਣਦਾ। ਹੁਣ ਪ੍ਰੀਤ ਤੇ ਸਾਡੇ ਸਾਰਿਆਂ ਵਿੱਚ ਹੈ। ਆਪਾਂ ਗੁਰੂ ਨਾਨਕ ਦੇ ਘਰ ਵਿੱਚ ਆਏ ਹਾਂ, ਪ੍ਰੀਤ ਲੈ ਕੇ ਆਈ ਨਾ, ਖਿੱਚ ਪਾਈ, ਸਵੇਰੇ ਉੱਠੇ, ਕੰਮ ਛੱਡਿਆ, ਘਰ ਛੱਡਿਆ, ਪ੍ਰੀਤ ਹੈ ਤਾਂ ਹੀ ਮਨੁੱਖ ਆਇਆ। ਪਰ ਗੁਰੂ ਕੇ ਸਵਾਰਿਓ ਇਸ ਪ੍ਰੀਤ ਦੇ ਵਿੱਚ ਜਦੋਂ ਗਾਇਬ ਪੈਂਦਾ, ਜਦੋਂ ਤੋੜ ਪੈਂਦਾ, ਉਦੋਂ ਪ੍ਰੀਤ ਜਿਹੜੀ ਸਿਰੇ ਨਹੀਂ ਚੜ੍ਹਦੀ। ਜਿਵੇਂ ਇੱਕ ਘੰਟੇ ਵਾਸਤੇ ਹੈ, ਅੱਧੇ ਘੰਟੇ ਲਈ, ਤੇ ਲਗਾਤਾਰ ਪ੍ਰੀਤ ਪੈਦਾ ਕਰਨ ਵਾਸਤੇ ਗੁਰੂ ਸਾਹਿਬ ਨੇ ਸਾਨੂੰ ਇੱਕ ਸਿਧਾਂਤ ਦਿੱਤਾ। ਹਜ਼ੂਰ ਦਾ ਇੱਕ ਬਚਨ ਆਉਂਦਾ ਹੈ ਕਿ ਚਾਲਾਂਗੇ ਉੱਠ ਨਾਮ ਜਪ ਨਿਸਬਾਸੁਰ ਆਰਾਧ। ਜੇ ਤੂੰ 24 ਘੰਟੇ ਖਿੱਚ ਬਣਾਉਣੀ ਹੈ ਨਾ ਆਪਣੇ ਅੰਦਰ, ਤੇ ਚਾਲਾਂਗਾ ਦਾ ਅਰਥ ਹੈ ਅੰਮ੍ਰਿਤ ਵੇਲਾ। ਚਾਲਾਂਗੇ ਸ਼ਬਦ ਚਾਲ ਤੋਂ ਬਣਿਆ, ਤੇ ਚਾਲ ਸ਼ਬਦ ਜਿਨ੍ਹਾਂ ਨੇ ਥੋੜ੍ਹਾ ਜਿਹਾ ਵੀ ਕਿਤੇ ਪੰਜਾਬ ਦੇ ਵਿੱਚ ਨਹਿਰਾਂ ਵੇਖੀਆਂ ਹੋਣ, ਤੇ ਨਹਿਰਾਂ ਤੇ ਆਮ ਤੌਰ ਤੇ ਚਾਲ ਹੁੰਦੀ ਹੈ। ਕਿਸੇ ਕਿਸੇ ਥਾਂ ਤੇ ਪਾਣੀ ਉੱਚੇ ਥਾਂ ਤੋਂ ਨੀਵੇਂ ਥਾਂ ਤੇ ਡਿੱਗਦਾ, ਉਹਨੂੰ ਕਹਿੰਦੇ ਆ ਪਾਣੀ ਦੀ ਚਾਲ, ਜਾਂ ਇਹਨਾਂ ਦੇਸ਼ਾਂ ਵਿੱਚ ਉਹਨੂੰ ਫਾਲਸ ਕਹਿੰਦੇ, ਨੀਵੇਂ ਥਾਂ ਤੇ ਪਾਣੀ ਡਿੱਗਣ। ਇਹ ਚਾਲਾਂਗੇ ਸ਼ਬਦ ਗੁਰੂ ਸਾਹਿਬ ਨੇ ਅੰਮ੍ਰਿਤ ਵੇਲੇ ਵਾਸਤੇ, ਸਵੇਰ ਵਾਸਤੇ ਸ਼ਾਇਦ ਮੇਰੇ ਖਿਆਲ ਵਿੱਚ ਪਹਿਲੀ ਵਾਰੀ ਵਰਤਿਆ ਇਤਿਹਾਸ ਦੇ ਵਿੱਚ। ਇਹਦੇ ਤੋਂ ਪਹਿਲਾਂ ਇਹਨੂੰ ਬ੍ਰਹਮ ਮਹੂਰਤ ਕਿਹਾ ਹਿੰਦੂ ਧਰਮ ਨੇ, ਕਿਸੇ ਨੇ ਇਹਨੂੰ ਅੰਮ੍ਰਿਤ ਆਪਣੇ ਵਿੱਚ ਅੰਮ੍ਰਿਤ ਵੇਲਾ ਵੀ ਸ਼ਬਦ ਵਰਤਿਆ ਗਿਆ। ਪਰ ਇੱਥੇ ਕਹਿਣ ਲੱਗੇ ਜੇ ਪ੍ਰੀਤ 24 ਘੰਟੇ ਬਣਾਉਣੀ ਆ ਤੇ ਤੈਨੂੰ ਚਾਲਾਂਗੇ ਉੱਠਣਾ ਪਏਗਾ ਸਵੇਰੇ। ਚਾਲਾਂਗੇ ਕਿਉਂ? ਚਾਲ ਸ਼ਬਦ ਤਾਂ ਚਾਲਾਂਗੇ ਅੰਮ੍ਰਿਤ ਵੇਲਾ ਤਾਂ ਕਿਹਾ ਵੀ ਉਸ ਵੇਲੇ ਰੱਬ ਦੇ ਘਰੋਂ ਇਸ ਜ਼ਮੀਨ ਦੇ ਵੱਲ ਉਹਦੇ ਪ੍ਰੇਮ ਦੀ ਵਰਖਾ ਹੁੰਦੀ, ਜਿਵੇਂ ਪਾਣੀ ਉੱਚੇ ਥਾਂ ਤੋਂ ਨੀਵੇਂ ਥਾਂ ਵੱਲ ਡਿੱਗਦਾ, ਉੱਚੇ ਥਾਂ ਤੋਂ ਨਿਵਾਣ ਵੱਲ ਜਿਵੇਂ ਪਾਣੀ ਆਉਂਦਾ, ਇਸ ਤਰ੍ਹਾਂ ਉਸ ਅੰਮ੍ਰਿਤ ਵੇਲੇ ਚਾਲਾਂਗੇ ਬਿਨਾਂ ਮੰਗਣ ਤੋਂ ਦਾਤ ਡਿੱਗਦੀ ਏ। ਜਿਹੜਾ ਉਸ ਵੇਲੇ ਉੱਠ ਪਿਆ ਉਸ ਦਾਤ ਦਾ ਹਿੱਸੇਦਾਰ ਬਣ ਗਿਆ, ਉਹਨੂੰ ਦਾਤ ਜ਼ਰੂਰ ਮਿਲੇਗੀ। ਚਾਲਾਂਗੇ ਉੱਠ ਨਾਮ ਜਪ, ਉਹਦਾ ਨਾਮ ਅੰਮ੍ਰਿਤ ਵੇਲੇ ਜਪ, ਤੇ ਨਿਸਬਾਸੁਰ ਆਰਾਧ। ਆਰਾਧਣ ਦਾ ਕੀ ਅਰਥ ਹੁੰਦਾ? ਆਰਾਧਣ ਦੇ ਅਰਥ ਜਪਣਾ ਨਹੀਂ, ਆਰਾਧਣ ਦਾ ਅਰਥ ਹੈ ਜਿਹਨੂੰ ਸਵੇਰੇ ਕੁਝ ਜਪਿਆ ਉਹ ਆਪਣੇ ਆਪ ਅੰਦਰ ਹਿਰਦੇ ਦੇ ਵਿੱਚ ਆਪਣੇ ਆਪ ਅੰਦਰੋਂ ਆਵਾਜ਼ ਆ ਰਹੀ, ਸੰਗੀਤ ਵੱਜੀ ਜਾ ਰਹੇ, ਹੁਣ ਉਹਨੂੰ ਕਰਨਾ ਨਹੀਂ ਪੈਂਦਾ। ਤੁਸੀਂ ਕਰਕੇ ਵੇਖ ਲੈਣਾ, 2 ਦਿਨ 4 ਦਿਨ 10 ਦਿਨ। ਜਦੋਂ ਸ਼ਬਦ ਦਾ ਅਭਿਆਸ ਸਿੱਖ ਅੰਮ੍ਰਿਤ ਵੇਲੇ ਕਰੇਗਾ, ਗੁਰਬਾਣੀ ਦਾ ਅਭਿਆਸ ਅੰਮ੍ਰਿਤ ਵੇਲੇ ਕਰੇਗਾ, ਤੇ ਅੰਮ੍ਰਿਤ ਵੇਲੇ ਦਾ ਇੱਕ ਵਿਗਿਆਨ ਵੀ ਅੰਮ੍ਰਿਤ ਵੇਲਾ 24 ਘੰਟਿਆਂ ਤੇ ਛਾ ਜਾਂਦਾ, ਉਹਦੇ ਤੇ ਪ੍ਰਭਾਵ ਪਾਏਗਾ। ਹੁਣ ਦਿਨੇ ਕੰਮ ਵੀ ਕਰ ਰਿਹਾ ਸਿੱਖ, ਦਰਸ਼ਨ ਪਿਆਸੀ ਦਿਨ ਸਰਾਤ, ਦਿਨ ਰਾਤ ਕਿਵੇਂ ਪਿਆਸ ਬਣ ਸਕਦੀ, ਕਿਹੜਾ ਤਰੀਕਾ? ਜਦੋਂ ਸਵੇਰੇ ਅੰਦਰ ਟਿਕਾ ਆ ਗਿਆ, ਸਵੇਰੇ ਸ਼ੁਰੂਆਤ ਹੋ ਗਈ 1-2 ਘੰਟਾ, ਉਹਦੇ ਤੋਂ ਬਾਅਦ ਹੁਣ ਦਿਨੇ ਸਿੱਖ ਗੱਲ ਕਿਸੇ ਨਾਲ ਕਰਦਾ ਪਰ ਅੰਦਰ ਉਹ ਰਭਾਵ ਵੱਜੀ ਜਾਂਦੀ ਉਹਦੇ ਨਾਮ ਦੀ, ਅੰਦਰ ਖਿੱਚ ਬਣੇ, ਪਰ ਇਹ ਪਹਿਲਾਂ ਨਹੀਂ ਬਣੇਗਾ, ਅੰਦਰ ਖਜ਼ਾਨਾ ਇਕੱਠਾ ਹੋਵੇਗਾ।